चुप्प गया। करतार करदेव सिंह दे मान जिंदाबाद। करतार करदेव सिंह दे मान जिंदाबाद। आम आदमी पार्टी जिंदाबाद। आम आदमी पार्टी जिंदाबाद। श्री भगवंत मान जिंदाबाद। श्री अरविंद केजरीवाल जिंदाबाद। आम आदमी पार्टी जिंदाबाद। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਰ, ਅੱਜ ਤੁਹਾਨੂੰ ਮੁਬਾਰਕਾਂ। ਆਮ ਆਦਮੀ ਪਾਰਟੀ ਜਲੰਧਰ ਤੋਂ ਚੋਣ ਜਿੱਤੀ ਹੈ ਜੀ ਸਰ, ਕਿਉਂ ਵਧਾਈਆਂ ਦੇਣੀਆਂ ਚਾਹੋਗੇ ਦੇਸ਼ ਵਾਸੀਆਂ ਨੂੰ ਜੀ? ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੇ ਤੁਸੀਂ ਆਏ ਹੋ ਆਪਣਾ ਚੈਨਲ 'ਤੇ ਸਾਡੇ ਕੋਲ। ਮੈਂ ਅੱਜ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ, ਕਿਉਂਕਿ ਸਾਡੀ ਇਹ ਆਮ ਪਾਰਟੀ ਆ, ਇਹਦਾ ਹੁਣ ਕੁਣਵਾ ਜਿਹੜਾ ਵੱਧਦਾ ਜਾਂਦਾ ਲਗਾਤਾਰ। ਸਾਡੇ ਸੁਪਰੀਮੋ ਪਾਰਟੀ ਦੇ ਅਤੇ ਅਰਵਿੰਦ ਕੇਜਰੀਵਾਲ ਜੀ ਦੀ ਮਿਹਨਤ ਅਤੇ ਸਾਡੇ ਭਗਵੰਤ ਮਾਨ ਮਾਨਯੋਗ CM ਨੇ ਜਿਹੜੇ ਪੰਜਾਬ ਦੇ, ਉਹਨਾਂ ਦੀ ਮਿਹਨਤ, ਸਾਡੇ ਹਲਕੇ ਦੇ MLA ਸਰਦਾਰ ਗੁਰਦੇਵ ਸਿੰਘ ਜੀ ਦੇਵ ਮਾਨ ਜਿਹੜੇ ਹਮੇਸ਼ਾ ਤਤਪਰ ਰਹਿੰਦੇ ਨੇ, ਉਹਨਾਂ ਦੀ ਮਿਹਨਤ, ਸਾਡੇ ਵਰਕਰ ਸਾਹਿਬਾਨ ਜਿਹੜੇ ਅੱਜ ਇੰਨੇ ਤੁਹਾਡੇ ਸਾਹਮਣੇ ਬੈਠੇ ਨੇ, ਕੋਈ ਬਾਹਰ ਖੜ੍ਹੇ ਨੇ, ਇਹਨਾਂ ਸਾਰਿਆਂ ਦੀ ਮਿਹਨਤ ਸਦਕਾ ਅੱਜ ਪਾਰਟੀ ਨੂੰ ਬਹੁਤ ਵੱਡੀ ਜਿਹੜੀ ਜਿੱਤ ਆ ਉਹ ਮਿਲ ਰਹੀ ਆ। ਮੈਂ ਤਾਂ ਇਹ ਸੋਚ ਰਿਹਾ ਵੀ ਆਉਣ ਵਾਲੇ ਸਮੇਂ 'ਚ ਜਿੰਨੀਆਂ ਵੀ ਇਲੈਕਸ਼ਨਾਂ ਹੋਣੀਆਂ ਨੇ, ਬਲਾਕ ਸਮਿਤੀ ਦੀ ਇਲੈਕਸ਼ਨ ਹੋਵੇ, ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੋਵੇ, ਪੰਚਾਇਤਾਂ ਇਲੈਕਸ਼ਨਾਂ ਹੋਣਗੀਆਂ, ਮਿਊਂਸਪਲ ਕਮੇਟੀ ਦੀ ਇਲੈਕਸ਼ਨਾਂ ਹੋਣਗੀਆਂ, ਸਭ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਵੱਡੀ ਜਿੱਤ ਨਾਲ ਜਿੱਤ ਦਰਜ ਕਰੂਗੀ, ਇਹ ਰਿਕਾਰਡ ਹੋਊਗਾ ਪੰਜਾਬ ਦੇ ਵਿੱਚ। ਅਤੇ ਸਰ, ਜਿਵੇਂ ਤੁਹਾਡਾ ਵਿਕਾਸ ਪੰਜਾਬ ਦੇ ਵਿੱਚ ਕੀਤਾ ਜੀ, ਉਹਦਾ ਤੁਹਾਨੂੰ ਇੱਕ ਸਾਲ ਵਿੱਚ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡਾ ਕਿੱਥੇ ਖੜ੍ਹੇ ਹੋ ਤੁਸੀਂ ਜੀ? ਦੇਖੋ, ਲੋਕਾਂ ਨੇ ਮੋਹਰ ਲਾਇਆ, ਵਿਕਾਸ ਨੂੰ ਦੇਖ ਕੇ ਲਾਈ ਆ, ਲੋਕਾਂ ਨੇ ਐਡੀ ਰੀਡ ਆ ਜਿਹੜੀ ਦਿੱਤੀ ਆ, 50,000 ਤੋਂ ਉੱਤੇ ਲੀਡ ਆ, ਇਹ ਸਾਰੀ ਵਿਕਾਸ ਦੇ ਸਿਰਤੇ ਹੀ ਆ। ਸਾਡੇ ਮੁੱਖ ਮੰਤਰੀ ਸਾਹਿਬ ਬੜਾ ਕੰਮ ਆ ਜਿਹੜਾ ਬਹੁਤ ਦਿਲਚਸਪੀ ਨਾਲ ਕਰ ਰਹੇ ਨੇ, ਬੜੀ ਤੇਜ਼ੀ ਨਾਲ ਕੰਮ ਪੰਜਾਬ ਦਾ ਹੋ ਰਿਹਾ, ਵਿਕਾਸ ਹੋ ਰਿਹਾ, ਕੋਈ ਸ਼ੱਕ ਨਹੀਂ। ਅਤੇ ਸਰ, ਤੁਸੀਂ ਕੁਛ ਆਮ ਜਿਹੜੇ ਤੁਹਾਡੇ ਵਰਕਰ ਨੇ, ਜਿਵੇਂ ਉਹਨਾਂ ਵਿੱਚ ਵੀ ਬਹੁਤ ਹੌਂਸਲਾ ਦੇਖਿਆ ਵੀ ਅੱਜ ਥਾਂ ਥਾਂ 'ਤੇ ਲੱਡੂ ਵੰਡੇ ਜਾ ਰਹੇ ਨੇ ਜੀ, ਅਤੇ ਵਰਕਰਾਂ ਦੇ ਵਿੱਚ ਬੜਾ ਉਤਸ਼ਾਹ ਹੈ ਜੀ, ਇਹਨੂੰ ਕੀ ਦੇਖਦੇ ਹੋ ਤੁਸੀਂ ਸਰ? ਵਰਕਰਾਂ 'ਚ ਉਤਸ਼ਾਹ ਜ਼ਿਆਦਾ ਵੱਧਦਾ ਜਦ ਪਾਰਟੀ ਵਰਕਰਾਂ ਦੇ ਨਾਲ ਖੜੀ ਹੁੰਦੀ ਆ। ਸਾਡੇ ਜਿਹੜੇ ਲੀਡਰ ਨੇ, ਸਾਡੇ MLA ਸਾਹਿਬਾਨ ਨੇ, ਜਾਂ ਸਾਡੇ ਜ਼ਿਲ੍ਹਿਆਂ ਦੇ ਵਿੱਚ ਲੀਡਰ ਨੇ, ਜਾਂ ਬਲਾਕਾਂ ਦੇ ਵਿੱਚ ਲੀਡਰ ਨੇ, ਜਾਂ ਫਿਰ ਹੁਣ ਕਮੇਟੀਆਂ ਦੇ ਵਿੱਚ, ਮੈਂ ਹੁਣ ਅੱਜ ਮੈਂ ਇੱਥੇ ਬੈਠਾ, ਇਹ ਸਾਰੇ ਜਿਹੜੇ ਹੈਗੇ ਨੇ ਬੰਦੇ ਪੂਰੇ ਆਪਣਾ ਕੰਮ ਕਰ ਰਹੇ ਨੇ, ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਾਂ। ਸਾਰੇ ਜਿਹੜੇ ਬੰਦੇ ਜਦ ਖੁਸ਼ ਹੁੰਦੇ ਹੁੰਦੇ ਨੇ, ਜਦ ਆਪਾਂ ਸਾਰੇ ਹਰ ਬੰਦੇ ਦੀ ਪੁੱਛ ਗਿੱਛ ਹੋਵੇ, ਹਰ ਬੰਦੇ ਨੂੰ ਪੁੱਛ ਕੇ ਕੰਮ ਕਰੀਏ, ਕਿਉਂਕਿ ਛੋਟੇ ਵਰਕਰ ਤੋਂ ਲੈ ਕੇ ਵੱਡੇ ਵਰਕਰ ਤੱਕ ਏਕਾ ਹੋਣਾ ਚਾਹੀਦਾ ਪਾਰਟੀ ਦੇ ਵਿੱਚ, ਫਿਰ ਪਾਰਟੀ ਹਮੇਸ਼ਾ ਜਿਹੜੀ ਹੈਗੀ ਆ ਅੱਗੇ ਵੱਧਦੀ ਜਾਂਦੀ ਆ। ਇੱਦਾਂ ਹੀ ਮੇਰਾ ਖਿਆਲ ਆ ਵੀ ਆਮ ਆਦਮੀ ਪਾਰਟੀ ਬਹੁਤ ਵੱਡੀ ਪਾਰਟੀ ਹਿੰਦੁਸਤਾਨ ਦੇ ਵਿੱਚ ਬਣ ਜਾਣੀ ਆ। ਆਉਣ ਵਾਲੇ ਜਿਹੜੇ ਪ੍ਰਧਾਨ ਮੰਤਰੀ ਹੋਣਗੇ, ਅਰਵਿੰਦ ਕੇਜਰੀਵਾਲ ਸਾਡੇ ਹੋਣਗੇ,
ਤੇ ਸਰ ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ ਬਲਾਕ ਪ੍ਰਧਾਨ ਹੋ, ਤੁਸੀਂ ਸਰ ਕੋ ਕਹਿਣਾ ਚਾਹੋਗੇ ਜੀ? ਹਾਂਜੀ, ਅੱਜ ਬਹੁਤ ਖੁਸ਼ੀ ਦਾ ਦਿਨ ਹੈ ਵੀ ਜਿਹੜਾ ਸਾਡਾ ਸੁਸ਼ੀਲ ਕੁਮਾਰ ਰਿੰਕੂ ਜੀ ਆਮ ਆਦਮੀ ਪਾਰਟੀ ਜਲੰਧਰ ਤੋਂ MP ਬਣ ਰਹੇ ਨੇ। ਸੋ ਇਹ ਭਗਵੰਤ ਮਾਨ ਦੀ ਦੇਣ ਹੈ, ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਉਹਨਾਂ ਨੇ ਕੰਮ ਕਰੇ ਨੇ, ਬਿਜਲੀ ਜਿਹੜੀ ਫਰੀ ਕਰੀ ਆ ਉਹ, ਅਤੇ ਮੁਹੱਲਾ ਕਲੀਨਿਕ 500 ਤੋਂ ਉੱਪਰ ਬਣਾਤੇ ਅਸੀਂ ਨੇ। ਤੋ ਸੋ ਇਹ ਜਿਹੜੀ ਜਿੱਤ ਹੈ ਸਾਨੂੰ ਜਿੱਤ, ਇਹ ਐਂ ਕਹਿੰਦੇ ਵੀ ਜਿਹੜਾ ਸਾਡੇ ਅਰਵਿੰਦ ਕੇਜਰੀਵਾਲ ਨੇ ਉਹ ਪ੍ਰਧਾਨ ਮੰਤਰੀ ਬਣਨ ਦੀ ਇੱਥੋਂ ਇੱਕ ਨੀਂਹ ਧਰਤੀ ਸੀ। ਸਰ ਦੋ ਜਿਹੜੀਆਂ ਹੁਣ ਸਰਪੰਚੀ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ, ਇਹਦੇ ਉੱਤੇ ਵੀ ਇਹਦਾ ਅਸਰ ਪੈ ਸਕਦਾ ਬਹੁਤ ਵਧੀਆ ਜੀ? ਦੇਖੋ ਇਹ ਤਾਂ ਆਮ ਆਦਮੀ ਪਾਰਟੀ ਦਾ ਕੰਮਾਂ ਦੇ ਆਧਾਰ 'ਤੇ ਲੋਕ ਵੋਟਾਂ ਮੰਗ ਰਹੀ ਹੈ। ਜਿਹੜੀ ਜਲੰਧਰ ਤੋਂ ਵੋਟਾਂ ਪਾਈਆਂ ਨੇ ਲੋਕਾਂ ਨੇ, ਉਹ ਵੀ ਇੱਕ ਕੰਮ ਦੇ ਆਧਾਰ 'ਤੇ ਪਾਈਆਂ ਨੇ ਵੀ ਜਿਹੜੇ ਆਮ ਆਦਮੀ ਪਾਰਟੀ ਕੰਮ ਹੈ ਉਹ ਵਧੀਆ ਕਰ ਰਹੀ ਹੈ। ਸੋ ਲੋਕ ਅੱਗੇ ਤੋਂ ਵੀ ਅਸੀਂ ਕੰਮ ਕਰਾਂਗੇ ਤਾਂ ਲੋਕਾਂ ਕੋਲ ਵੋਟਾਂ ਮੰਗਣ ਜਾਵਾਂਗੇ। ਤੇ ਸਰ ਕੁਛ ਹੋਰ ਵਰਕਰਾਂ ਨੂੰ ਕੁਛ ਸੰਦੇਸ਼ ਦੇਣਾ ਚਾਹੁੰਦੇ? ਵਰਕਰਾਂ ਨੂੰ ਤਾਂ ਦੇਖੋ ਅੱਜ ਬਹੁਤ ਸਵੇਰ ਦੇ ਫੋਨ ਆ ਰਹੇ ਨੇ ਜਦੋਂ ਤੋਂ ਆਮ ਆਦਮੀ ਪਾਰਟੀ ਸਾਡੀ ਲੀਡ ਹੋਈ ਹੈ। ਸੋ ਵਰਕਰ ਦੇਖੋ ਸਾਡਾ 200-300 ਵਰਕਰ ਇੱਥੇ ਅੱਜ ਭਾਸ਼ਣ ਦੇ ਵਿੱਚ ਅਸੀਂ ਲੱਡੂ ਵੰਡ ਰਹੇ ਹਾਂ ਢੋਲ ਢਮੱਕੇ ਨਾਲ। ਸੋ ਭਗਵੰਤ ਮਾਨ ਜੀ ਨੂੰ, ਅਰਵਿੰਦ ਕੇਜਰੀਵਾਲ ਜੀ ਨੂੰ ਵਧਾਈਆਂ ਨੇ ਵੀ ਆਮ ਆਦਮੀ ਪਾਰਟੀ ਇੱਥੋਂ ਜਿੱਤ ਰਹੀ ਹੈ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ ਵੀ ਟਰੱਕ ਯੂਨੀਅਨ ਦੇ ਪ੍ਰਧਾਨ ਹੋ, ਤੁਸੀਂ ਕੋਈ ਕਹਿਣਾ ਚਾਹੋਗੇ? ਹਾਂਜੀ, ਖੁਸ਼ੀ ਦਾ ਦਿਨ ਜੀ ਅੱਜ। ਸਾਡੇ ਉਮੀਦਵਾਰ ਜਿੱਤੇ ਨੇ ਆਮ ਆਦਮੀ ਪਾਰਟੀ ਦੇ, ਭਗਵੰਤ ਮਾਨ ਸਾਹਿਬ ਨੇ ਜਿਹੜੇ ਕੰਮ ਕੀਤੇ ਨੇ ਅੱਜ ਲੋਕਾਂ ਨੇ ਮੋਹਰ ਲਾਤੀ। ਸਰ ਤੁਸੀਂ ਵੀ ਜਿਵੇਂ ਹਲਕੇ ਦੇ ਅਸੀਂ ਦੇਖਿਆ ਅਨਾਜ ਮੰਡੀਆਂ ਜਾ ਕੇ ਬਹੁਤ ਵਧੀਆ ਸਰਵਿਸ ਦਿੱਤੀ ਹੈ ਟਰੱਕਾਂ ਵੱਲੋਂ, ਕਿਸੇ ਜ਼ਿਮੀਦਾਰ ਜਾਂ ਕਿਸੇ ਆੜ੍ਹਤੀ ਨੂੰ ਕੋਈ ਦਿੱਕਤ ਨਹੀਂ ਆਈ? ਸਰ ਕੋਈ ਦਿੱਕਤ ਨਹੀਂ ਆਈ ਕਿਸੇ ਕਿਸਮ ਦੀ, ਬਹੁਤ ਵਧੀਆ ਕੰਮ ਚੱਲਿਆ। ਹੁਣ ਵੀ ਚੱਲ ਰਿਹਾ, ਬਹੁਤ ਕੰਮ ਰਹਿ ਗਿਆ, ਇੱਕ ਦੋ ਦਿਨਾਂ 'ਚ ਨਿਬੜ ਜਾਣਾ ਕੰਮ ਸਾਰਾ। ਅਤੇ ਸਰ ਹੋਰ ਭਗਵੰਤ ਮਾਨ ਜੀ ਨੂੰ ਕੁਛ ਭਾਰਸੋਂ ਲਈ ਵੀ ਅਪੀਲ ਕਰੋਗੇ ਵੀ ਆਉਣ ਵਾਲੇ ਸਮੇਂ ਸਰਪੰਚੀ ਦੀ ਇਲੈਕਸ਼ਨ ਆ ਰਹੀ ਹੈ ਪਿੰਡਾਂ ਵਾਸਤੇ? ਬਿਲਕੁਲ ਕਰਾਂਗੇ ਜੀ, ਕਹਾਂਗੇ ਵੀ ਹਲਕੇ 90 ਦੇ ਜਿੰਨਾ ਵਿਕਾਸ ਦੇ ਕੰਮ ਨੇ ਇਹਨਾਂ ਨੂੰ ਪੂਰੇ ਸਿਰੇ ਚਾੜੋ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਤੁਸੀਂ 71 ਹੋ ਜ਼ਿਲ੍ਹਾ ਪਟਿਆਲੇ ਦੇ, ਤੁਸੀਂ ਕੁਛ ਕਹਿਣਾ ਚਾਹੋ? ਇੱਕ ਮਿੰਟ ਸਰ, ਤੁਸੀਂ 71 ਹੋ ਜ਼ਿਲ੍ਹਾ ਪਟਿਆਲੇ ਦੇ, ਤੁਸੀਂ ਵੀ ਬਹੁਤ ਮਿਹਨਤ ਕਰੀ ਹੈ ਜਿੱਥੇ ਦੇਖਿਆ ਸੀ ਜਲੰਧਰ ਦੇ ਵਿੱਚ ਜਾ ਕੇ ਜੀ, ਤੁਸੀਂ ਕੁਛ ਵਧਾਈ ਦੇਣ ਜਾਓਗੇ? ਹਾਂਜੀ ਬਿਲਕੁਲ ਜੀ, ਅੱਜ ਬਹੁਤ ਖੁਸ਼ੀ ਦਾ ਦਿਨ ਆ। ਸਾਡੇ 1 ਸਾਲ ਦੇ CM ਸਾਹਿਬ ਦੇ ਕੰਮਾਂ ਨੂੰ ਦੇਖ ਕੇ ਜਲੰਧਰ ਵਾਸੀਆਂ ਨੇ ਸਾਡੇ 'ਤੇ ਅੱਜ ਜਿੱਤ ਦੀ ਮੋਹਰ ਲਾਈ ਆ। ਇੱਕ ਵਿਰੋਧੀਆਂ ਦੇ ਅੱਜ ਮੂੰਹ ਵੀ ਬੰਦ ਹੋ ਗਏ ਜੋ ਲਗਾਤਾਰ ਪਿਛਲੇ ਦਿਨਾਂ ਤੋਂ ਪੋਸਟਾਂ ਪਾ ਰਹੇ ਨੇ। ਮੈਂ ਤਾਂ ਇੱਕ ਦਿਨ ਪਹਿਲੀ ਰਾਤ ਪੋਸਟ ਵੀ ਪਾਤੀ ਵੀ ਦੇਖੀ ਹੋਣੀ ਆ ਵੀ ਕੱਲ੍ਹ ਨੂੰ ਵਿਰੋਧੀਆਂ ਦੇ ਮੂੰਹ 'ਤੇ ਚਪੇੜਾਂ ਵੱਜਣੀਆਂ ਨੇ ਜਦੋਂ ਸਾਡਾ ਨਤੀਜਾ ਆਊਗਾ। ਸੋ ਅੱਜ ਵਿਰੋਧੀਆਂ ਦਾ ਮੂੰਹ ਬੰਦ ਹੋ ਗਏ, ਸੁਸ਼ੀਲ ਕੁਮਾਰ ਰਿੰਕੂ ਜੀ ਵੱਡੀ ਗਿਣਤੀ ਨਾਲ ਜਿੱਤ ਰਹੇ ਨੇ। ਸੋ ਸਾਰਿਆਂ ਨੂੰ ਇਹ ਜਿੱਤ ਵਿਕਾਸ ਦੇ ਨਾਂ 'ਤੇ ਹੋ ਰਹੀ ਆ, ਕਿਉਂਕਿ ਪਹਿਲਾਂ ਜਲੰਧਰ ਦੇ ਵਿੱਚ, ਹੁਣ ਵੀ ਲਗਾਤਾਰ 5 MLA ਜਲੰਧਰ ਦੇ ਵਿੱਚ ਕਾਂਗਰਸ ਦੇ ਨੇ। ਉਹਨਾਂ ਦੇ ਬਾਵਜੂਦ ਵੀ ਜੋ CM ਸਾਹਿਬ ਨੇ 1 ਸਾਲ ਦੇ ਕੰਮ ਕੀਤੇ ਨੇ, ਜਿਵੇਂ ਕਿ ਬਿਜਲੀ ਫਰੀ ਅਤੇ ਮੁਹੱਲਾ ਕਲੀਨਿਕ ਅਤੇ ਆਪਣੇ ਐਜੂਕੇਸ਼ਨ ਨੂੰ ਲੈ ਕੇ, ਸੋ ਇਹਦੇ ਕਰਕੇ ਵਿਕਾਸ ਦੇ ਆਧਾਰ 'ਤੇ ਵੋਟਾਂ ਪਈਆਂ ਨੇ। ਸੋ ਅੱਜ ਵੱਡੀ ਜਿੱਤ ਹੋਈ ਆ, ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਮੈਂ। ਅਤੇ ਸਰ ਜਿਵੇਂ ਰਿੰਕੂ ਜੀ ਤੁਹਾਡੇ ਖਾਸ ਮੰਨੇ ਜਾਂਦੇ ਨੇ, ਤੁਸੀਂ ਉਹਨਾਂ ਦੇ ਮਿੱਤਰ ਵੀ ਰਹੇ ਹੋ, ਤੁਸੀਂ ਕੁਛ ਸਰ ਕਹਿਣਾ ਚਾਹੋਗੇ? ਹਾਂਜੀ ਦੇਖੋ ਜੀ, ਮੈਂ ਆਮ ਆਦਮੀ ਪਾਰਟੀ ਦੀ ਅਤੇ ਰਿੰਕੂ ਜੀ ਕਾਂਗਰਸ 'ਚੋਂ ਆਏ ਨੇ। ਸੋ ਮੇਰੇ ਉਹਨਾਂ ਨਾਲ ਪੁਰਾਣੇ ਰਿਲੇਸ਼ਨ ਨੇ, ਬਹੁਤ ਵਧੀਆ ਇਨਸਾਨ ਨੇ। ਜਿੰਨਾ ਚਿਰ ਕਾਂਗਰਸ 'ਚ ਰਹੇ ਨੇ ਉਨਾ ਚਿਰ ਵੀ ਇਹਨਾਂ ਨੇ ਪੂਰਾ ਵਧੀਆ ਕੰਮ ਕਰਿਆ। ਸੋ ਹੁਣ ਸਾਡੀ ਪਾਰਟੀ 'ਚ ਆ ਕੇ CM ਸਾਹਿਬ ਦੀ ਅਗਵਾਈ ਵਿੱਚ, ਸੋ ਹੁਣ ਵੀ ਬਹੁਤ ਵਧੀਆ ਕੰਮ ਕਰਦੇ ਹਾਂ ਪਾਰਲੀਮੈਂਟ ਦੇ ਵਿੱਚ। ਸੋ ਸਾਡਾ ਇੱਕ MP ਚੱਲਿਆ ਗਿਆ ਭਗਵੰਤ ਮਾਨ ਜੀ ਨੇ, ਉਹਨਾਂ ਨੂੰ ਆਪਣਾ ਕੋਟ ਦੇਣਾ ਜਿਵੇਂ ਦੱਸਿਆ ਜੀ CM ਸਾਹਿਬ ਨੇ। ਸੋ ਹੁਣ ਅਸੀਂ ਪਾਰਲੀਮੈਂਟ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਾਂਗੇ। ਸਰ ਸਤਿ ਸ਼੍ਰੀ ਅਕਾਲ ਜੀ ਤਮਾਨ ਸਾਹਿਬ। ਸਰ ਤੁਸੀਂ ਵੀ ਅੱਜ ਵਧਾਈ ਦਿਓਗੇ ਜੀ? ਹਾਂ, ਬਹੁਤ ਬਹੁਤ ਪੰਜਾਬੀਆਂ ਨੂੰ ਔਰ ਸਾਰੇ ਦੇਸ਼ ਵਾਸੀਆਂ ਨੂੰ ਇਸ ਜਿੱਤ ਦੀ ਬਹੁਤ ਬਹੁਤ ਮੈਂ ਮੁਬਾਰਕ ਦਿੰਦਾ। ਔਰ ਸਾਰੇ ਵਲੰਟੀਅਰ, ਦਿੱਲੀ ਦੇ CM ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਜੀ, ਸਾਡੇ ਹਲਕੇ ਦੇ MLA ਗੁਰਦੇਵ ਸਿੰਘ ਦੇਵਮਾਨ ਜੀ, ਔਰ ਸਾਰੇ ਸਮੂਹ ਵਰਕਰਾਂ ਨੂੰ ਬਹੁਤ ਬਹੁਤ ਵਧਾਈ, ਜਿਨ੍ਹਾਂ ਦੀ ਮਿਹਨਤ, ਆਲ ਪੰਜਾਬ ਦੇ ਵਲੰਟੀਅਰ ਦੀ ਮਿਹਨਤ ਉੱਥੇ ਰੰਗ ਲੈ ਕੇ ਆਈ। ਔਰ ਇੱਕ ਬਹੁਤ ਹੀ ਖੁਸ਼ੀ ਦਾ ਦਿਨ ਲੈ ਕੇ ਆਈ, ਜੋ ਕਿ ਵੱਡੀ ਲੀਡ 'ਤੇ ਆਮ ਆਦਮੀ ਪਾਰਟੀ ਜਿੱਤ ਰਹੀ ਹੈ। ਜੋ ਪਿਛਲੇ 30 ਸਾਲ ਦੇ ਕਰੀਬ ਕਾਂਗਰਸ ਜਿੱਥੇ ਜਿਹੜੀ ਸੀਟ 'ਤੇ ਕਾਬਜ਼ ਸੀ, ਅੱਜ ਆਮ ਆਦਮੀ ਪਾਰਟੀ ਦਾ ਉਸ ਸੀਟ 'ਤੇ ਕਬਜ਼ਾ ਹੋਇਆ। ਬਹੁਤ ਬਹੁਤ ਮੈਂ ਮੁਬਾਰਕਾਂ ਦਿੰਦਾ ਸਾਰੇ ਵਲੰਟੀਅਰਾਂ ਨੂੰ।
सर जिमें बीजेपी दावे कर दी थी भी असी तो 13 दी 13 लेके जावे एक दी हार गए कुछ नहीं बीजेपी के दावे होंगे ने किसी के अपने कांग्रेस बीजेपी किसी की मौत से रोतियां सेक रही थी पर आम आदमी पार्टी असी सारे वलंटियर उ लम्मा समा जलंधर रहे हैं भगवंत मान जी कह रहे विकल दे विकास के नाते वोटा ने अगर असी एक साल विकास करे तो पा दो जे तुम लगता नहीं कर नहीं पायो विकास के मोहर दाती जलंधर वासियों धन्यवाद।